ਮੇਰੇ ਪਿਆਰਿਓ, ਯਿਸੂ ਮਸੀਹ ਦੇ ਨਾਂ ਵਿੱਚ ਸਵਾਗਤ ਕਰਦਾ ਹਾਂ। ਇਹ ਸੁੰਦਰ ਜਗ੍ਹਾ ਹੈ ਨਾ, ਇਹ ਛੋਟਾ ਜਿਹਾ ਪ੍ਰਾਰਥਨਾ ਘਰ ਹੈ। ਮੈਂ ਪਹਿਲਾਂ ਵੀ ਦੱਸਿਆ ਸੀ, ਇਹ ਓਰਲ ਰੋਬਰਟਸ ਯੂਨੀਵਰਸਿਟੀ ਵਿੱਚ ਪ੍ਰਾਰਥਨਾ ਟਾਵਰ ਹੈ ਅਤੇ ਇੱਥੇ ਹੀ ਮੈਂ ਬੈਠਾ ਹਾਂ। ਇੱਥੇ ਦੁਆ ਕਰਨ ਲਈ ਸੁੰਦਰ ਪ੍ਰੇਅਰ ਰੂਮ ਬਣਾਇਆ ਗਿਆ ਹੈ ਅਤੇ ਇਸ ਨੂੰ ਚੈਪਲ ਕਹਿੰਦੇ ਹਨ। ਇੱਥੇ ਬੈਠ ਕੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰ ਸਕਦੇ ਹੋ ਅਤੇ ਵਚਨ ਦਾ ਅਧਿਐਨ ਕਰ ਸਕਦੇ ਹੋ। ਇਹ ਅਧਿਐਨ ਕਰਨ ਲਈ ਵਧੀਆ ਜਗ੍ਹਾ ਹੈ। ਅੱਜ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ ਜਾਣਦੇ ਹੋ? ਜ਼ਬੂਰਾਂ ਦੀ ਪੋਥੀ 143 ਅਧਿਆਏ ਉਸਦੀ 10 ਆਇਤ, ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ਼ ਵਿੱਚ ਮੇਰੀ ਅਗਵਾਈ ਕਰੇ। ਤੂੰ ਹੀ ਮੇਰਾ ਪਰਮੇਸ਼ਰ ਹੈ, ਆਪਣੇ ਨੇਕ ਆਤਮਾ ਦੇ ਦੁਆਰਾ ਮੈਨੂੰ ਸਹੀ ਰਾਹ ਵਿੱਚ ਚਲਾ। ਇਹ ਪਰਮੇਸ਼ਰ ਦੇ ਇੱਕ ਭਗਤ ਦੀ ਸੁੰਦਰ ਪ੍ਰਾਰਥਨਾ ਹੈ ਕਿ ਹੇ ਪਵਿੱਤਰ ਆਤਮਾ, ਤੂੰ ਸਹੀ ਰਾਹਾਂ ਵਿੱਚ ਮੇਰੀ ਅਗਵਾਈ ਕਰ, ਮੈਨੂੰ ਚਲਾ। ਇਸ ਪ੍ਰਾਰਥਨਾ ਭਵਨ 'ਚ ਇਹਨਾਂ ਨੇ ਕੁਝ ਲਿਖ ਕੇ ਰੱਖਿਆ ਹੈ, ਬਹੁਤ ਵਧੀਆ ਲਿਖਿਆ ਹੋਇਆ ਹੈ। ਅਮੈਨ ਪ੍ਰੇਡ, ਕਿਸੇ ਨੇ ਪ੍ਰਾਰਥਨਾ ਕੀਤੀ, ਐਟ ਫਸਟ ਹੀ ਥੋਟ ਦ ਪ੍ਰੇਅਰ ਵਾਜ਼ ਟਾਕਿੰਗ। ਉਹ ਇਹ ਸੋਚਦਾ ਸੀ ਕਿ ਪ੍ਰਾਰਥਨਾ ਦਾ ਮਤਲਬ ਹੈ ਪਰਮੇਸ਼ਰ ਕੋਲੋਂ ਕੁਝ ਨਾ ਕੁਝ ਲੈਣ ਵਾਸਤੇ ਬੇਨਤੀ ਕਰਨਾ। ਬਟ ਹੀ ਬਿਕੇਮ ਮੋਰ ਐਂਡ ਮੋਰ ਕੁਆਈਟ ਅੰਟਿਲ ਇਨ ਦ ਐਂਡ ਹੀ ਰੀਅਲਾਈਜ਼ਡ ਦੈਟ ਪ੍ਰੇਅਰ ਇਜ਼ ਲਿਸਨਿੰਗ। ਲੇਕਿਨ ਉਹ ਹੌਲੀ ਹੌਲੀ ਪ੍ਰਾਰਥਨਾ ਕਰਨ ਵਿੱਚ ਲੱਗਾ ਰਿਹਾ ਅਤੇ ਉਸਨੇ ਪਰਮੇਸ਼ਰ ਦੀਆਂ ਗੱਲਾਂ ਨੂੰ ਜਾਣ ਲਿਆ ਅਤੇ ਸਮਝ ਗਿਆ ਕਿ ਪ੍ਰਾਰਥਨਾ ਦਾ ਮਤਲਬ ਹੈ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਦੇ ਵਚਨ ਵਿੱਚੋਂ ਪਰਮੇਸ਼ਰ ਦੀਆਂ ਗੱਲਾਂ ਉੱਤੇ ਕੰਨ ਲਾਉਣਾ ਅਤੇ ਸੁਣਨਾ। ਪ੍ਰਾਰਥਨਾ ਦਾ ਮਤਲਬ ਇਹ ਨਹੀਂ ਹੈ ਕਿ ਮੂੰਹ ਖੋਲ੍ਹ ਕੇ ਕੁਝ ਮੰਗਦੇ ਹੀ ਰਹਿਣਾ। ਪ੍ਰਾਰਥਨਾ ਦਾ ਮਤਲਬ ਹੈ ਪਰਮੇਸ਼ਰ ਜੋ ਕਹਿੰਦਾ ਹੈ ਉਸ ਨੂੰ ਬੈਠ ਕੇ ਸੁਣਨਾ ਹੈ। ਇਸ ਲਈ ਭਗਤ ਕਹਿੰਦਾ ਹੈ, ਤੇਰਾ ਨੇਕ ਆਤਮਾ ਭਲਿਆਈ ਦੇ ਰਾਹਾਂ ਵਿੱਚ ਮੇਰੀ ਅਗਵਾਈ ਕਰੇ। ਪ੍ਰਾਰਥਨਾ ਦਾ ਮਤਲਬ ਇਹ ਹੈ ਕਿ ਆਪਣੇ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਸਾਡੇ ਨਾਲ ਕੁਝ ਗੱਲ ਕਰੇ। ਤੁਸੀਂ ਪਰਮੇਸ਼ਰ ਦੇ ਕੋਲ ਜਾਂਦੇ ਹੋ ਤੇ ਤੁਸੀਂ ਉਸਦੇ ਅੱਗੇ ਕੋਈ ਬੇਨਤੀ ਕੀਤੀ, ਪਰ ਕੀ ਤੁਹਾਨੂੰ ਪਰਮੇਸ਼ਰ ਤੋਂ ਕੋਈ ਉੱਤਰ ਮਿਲਿਆ? ਮੇਰੀ ਸੇਵਾ ਦੀ ਸ਼ੁਰੂਆਤ ਵਿੱਚ ਮੈਂ ਵੀ ਇਸੇ ਤਰ੍ਹਾਂ ਨਾਲ ਪ੍ਰਾਰਥਨਾ ਕਰਦਾ ਸੀ। ਪ੍ਰਾਰਥਨਾ ਕਰਨ ਲਈ ਇਕਾਂਤ ਵਿੱਚ ਜਾਂਦਾ ਤੇ ਕਈ ਘੰਟਿਆਂ ਤੱਕ ਪ੍ਰਾਰਥਨਾ ਕਰਦਾ ਸੀ, ਆਪਣੀਆਂ ਸਭ ਬੇਨਤੀਆਂ ਪਰਮੇਸ਼ਰ ਨੂੰ ਸੁਣਾਉਂਦਾ ਸੀ ਅਤੇ ਲੰਮੀ ਲੰਮੀ ਪ੍ਰਾਰਥਨਾ ਕਰਕੇ ਵਾਪਸ ਆ ਜਾਂਦਾ ਸੀ। ਪਰ ਪਰਮੇਸ਼ਰ ਮੈਨੂੰ ਕੀ ਉੱਤਰ ਦੇਣਾ ਚਾਹੁੰਦਾ ਸੀ ਇਹ ਮੈਂ ਕਦੇ ਵੀ ਨਹੀਂ ਸੁਣਦਾ ਸੀ। ਬਸ ਪ੍ਰਭੂ ਕੋਲ ਜਾਂਦਾ ਸੀ ਤੇ ਉੱਠ ਕੇ ਵਾਪਸ ਆ ਜਾਂਦਾ ਸੀ। ਪਰ ਬਾਅਦ ਵਿੱਚ ਮੇਰੀ ਸਮਝ ਵਿੱਚ ਆਇਆ ਕਿ ਸਿਰਫ ਮੈਂ ਹੀ ਨਹੀਂ, ਪਰਮੇਸ਼ਰ ਵੀ ਮੇਰੇ ਨਾਲ ਗੱਲ ਕਰਦਾ ਹੈ, ਬੋਲਦਾ ਹੈ, ਅਤੇ ਇਹੋ ਪ੍ਰਾਰਥਨਾ ਦਾ ਮਤਲਬ ਹੈ। ਹੁਣ ਮੈਂ ਜਾਣਦਾ ਹਾਂ ਕਿ ਪ੍ਰਾਰਥਨਾ ਦਾ ਮਤਲਬ ਇਹ ਹੈ ਕਿ ਮੈਂ ਸੁਣਾ ਕਿ ਪਵਿੱਤਰ ਆਤਮਾ ਮੈਨੂੰ ਕੀ ਕਹਿਣਾ ਜਾਂ ਦੱਸਣਾ ਚਾਹੁੰਦਾ ਹੈ, ਯਾਨੀ ਪਰਮੇਸ਼ਰ ਤੋਂ ਸੁਣਨਾ, ਉਸਦੇ ਵੱਲੋਂ ਇੱਕ ਉੱਤਰ ਪ੍ਰਾਪਤ ਕਰਨਾ। ਪ੍ਰਾਰਥਨਾ ਕਰਨਾ ਤੇ ਉਸ ਤੋਂ ਸੁਣਨਾ ਕਿ ਪ੍ਰਭੂ ਮੈਨੂੰ ਕੀ ਦੱਸਣਾ ਜਾਂ ਕੀ ਕਰਨ ਲਈ ਕਹਿਣਾ ਚਾਹੁੰਦਾ ਹੈ। ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਅਤੇ ਇਸ ਤੋਂ ਬਾਅਦ ਮੇਰੀ ਪ੍ਰਾਰਥਨਾ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਗਿਆ। ਪ੍ਰਭੂ ਮੇਰੇ ਨਾਲ ਗੱਲ ਕਰਦਾ ਹੈ ਤੇ ਮੈਂ ਉਸ ਨਾਲ ਗੱਲ ਕਰਦਾ ਹਾਂ। ਸੋ ਪ੍ਰਾਰਥਨਾ ਦਾ ਮਤਲਬ ਇਹ ਹੈ ਪਰਮੇਸ਼ਰ ਮੇਰੀਆਂ ਗੱਲਾਂ ਨੂੰ ਸੁਣਦਾ ਹੈ ਤੇ ਮੈਂ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਦਾ ਹਾਂ। ਇਹ ਆਦਤ ਵਿਕਸਿਤ ਕਰਨ ਨਾਲ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਸਕਦੇ ਹੋ ਕਿ ਉਹ ਤੁਹਾਨੂੰ ਕੀ ਕਹਿਣਾ ਚਾਹੁੰਦਾ ਹੈ ਤੇ ਤੁਸੀਂ ਉਸ ਦੀਆਂ ਗੱਲਾਂ ਨੂੰ ਸਮਝੋਗੇ। ਕੀ ਤੁਸੀਂ ਜੀਵਨ ਵਿੱਚ ਬਹੁਤ ਸੰਘਰਸ਼ ਕਰ ਰਹੇ ਹੋ, ਕਿਸੇ ਸਮੱਸਿਆ 'ਚ ਹੋ, ਸਮਝ ਨਹੀਂ ਆ ਰਿਹਾ ਕੀ ਕਰਨਾ ਹੈ, ਕੋਈ ਵੀ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ, ਬਿਜ਼ਨਸ ਵਿੱਚ, ਪਰਿਵਾਰ ਵਿੱਚ, ਕਿਸੇ ਵੀ ਗੱਲ ਵਿੱਚ ਅੱਗੇ ਕੀ ਕਰਨਾ ਹੈ ਸਮਝ ਨਹੀਂ ਆ ਰਿਹਾ,
ਤਾਂ ਪ੍ਰਭੂ ਦੇ ਚਰਨਾਂ 'ਚ ਆਓ, ਵਚਨ ਦੇ ਉੱਤੇ ਧਿਆਨ ਦਿਓ ਅਤੇ ਪਰਮੇਸ਼ਰ ਦੇ ਚਰਨਾਂ 'ਚ ਬਿਲਕੁਲ ਸ਼ਾਂਤ ਹੋ ਕੇ ਬੈਠੋ। ਉਸ ਦੇ ਵਚਨ ਦਾ ਅਧਿਐਨ ਕਰੋ। ਪ੍ਰਭੂ ਨੂੰ ਕਹੋ ਤੇਰੀ ਆਵਾਜ਼ ਸੁਣਨੀ ਹੈ, ਤਦ ਉਸ ਦੀ ਆਵਾਜ਼ ਨੂੰ ਸੁਣ ਸਕਦੇ ਹੋ। ਸਾਡੇ ਦਿਲ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਪਰਮੇਸ਼ਰ ਮੇਰੀ ਪ੍ਰਾਰਥਨਾ ਨਹੀਂ ਸੁਣੇਗਾ ਅਤੇ ਉਹ ਮੇਰੇ ਨਾਲ ਗੱਲ ਨਹੀਂ ਕਰੇਗਾ। ਪਰਮੇਸ਼ਰ ਬਹੁਤ ਹੀ ਪਿਆਰਾ ਪ੍ਰਭੂ ਹੈ, ਉਹ ਸਾਡੀ ਗੱਲ ਸੁਣਨਾ ਚਾਹੁੰਦਾ ਹੈ ਅਤੇ ਸਾਡੀ ਗੱਲ ਸੁਣ ਕੇ ਉਸ ਦੇ ਉੱਤਰ ਵਿੱਚ ਸਾਨੂੰ ਕੁਝ ਕਹਿਣਾ ਚਾਹੁੰਦਾ ਹੈ। ਜੇ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਇਸ ਦੇ ਬਿਲਕੁਲ ਲਾਇਕ ਨਹੀਂ ਹਾਂ ਕਿ ਪਰਮੇਸ਼ਰ ਮੇਰੇ ਨਾਲ ਗੱਲ ਕਰੇ, ਮੈਂ ਤਾਂ ਬਿਲਕੁਲ ਅਯੋਗ ਹਾਂ, ਤਾਂ ਪਰਮੇਸ਼ਰ ਐਸੇ ਹੀ ਲੋਕਾਂ ਨਾਲ ਦਿਲ ਖੋਲ੍ਹ ਕੇ ਗੱਲ ਕਰਨਾ ਚਾਹੁੰਦਾ ਹੈ। ਸਾਡਾ ਪਰਮੇਸ਼ਰ ਬਹੁਤ ਹੀ ਪਿਆਰਾ ਪਰਮੇਸ਼ਰ ਹੈ। ਜੇ ਤੁਸੀਂ ਕਹੋਗੇ ਕਿ ਮੈਂ ਦੀਨ ਹਾਂ ਤਾਂ ਪ੍ਰਭੂ ਦਇਆ ਕਰੇਗਾ, ਕਿਉਂਕਿ ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ ਹੈ, ਉਹਨਾਂ ਨਾਲ ਗੱਲ ਨਹੀਂ ਕਰਦਾ। ਜੇਕਰ ਤੁਸੀਂ ਕਹੋਗੇ ਹੇ ਪਰਮੇਸ਼ਰ ਮੈਂ ਤਾਂ ਬਿਲਕੁਲ ਵੀ ਲਾਇਕ ਨਹੀਂ ਹਾਂ, ਮੈਂ ਤੇਰੇ ਚਰਨਾਂ 'ਚ ਆਉਂਦਾ ਹਾਂ, ਮੈਂ ਤੇਰੇ ਕੋਲ ਆਉਂਦਾ ਹਾਂ, ਤੂੰ ਮੈਨੂੰ ਗ੍ਰਹਿਣ ਕਰ, ਅਤੇ ਜਦੋਂ ਇਸ ਤਰ੍ਹਾਂ ਦੁਆ ਕਰੋਗੇ ਤਾਂ ਪ੍ਰਭੂ ਤੁਹਾਡੀਆਂ ਗੱਲਾਂ ਨੂੰ ਸੁਣੇਗਾ। ਮੈਂ ਆਪਣੇ ਅਨੁਭਵ ਤੋਂ ਇਹ ਜਾਣਿਆ ਹੈ ਕਿ ਉਹ ਬਹੁਤ ਪਿਆਰਾ ਹੈ, ਇਸ ਕਰਕੇ ਅੱਜ ਅਸੀਂ ਉਸ ਦੇ ਚਰਨਾਂ 'ਚ ਜਾਵਾਂਗੇ ਅਤੇ ਬੇਨਤੀ ਕਰਾਂਗੇ। ਤੁਹਾਡੀ ਹਰੇਕ ਸਮੱਸਿਆ ਦਾ ਹੱਲ ਅਤੇ ਤੁਹਾਡੇ ਦਿਲ ਦੀਆਂ ਸਾਰੀਆਂ ਗੱਲਾਂ ਦਾ ਉੱਤਰ ਪਰਮੇਸ਼ਰ ਦੇ ਕੋਲ ਹੈ। ਅੱਜ ਉਸ ਦੇ ਚਰਨਾਂ 'ਚ ਜਾ ਕੇ ਅਸੀਂ ਧੀਮੀ ਆਵਾਜ਼ ਵਿੱਚ ਪ੍ਰਾਰਥਨਾ ਕਰਾਂਗੇ। ਹੇ ਪ੍ਰਭੂ, ਤੂੰ ਮੇਰੀਆਂ ਗੱਲਾਂ ਕੰਨ ਲਾ ਕੇ ਸੁਣਦਾ ਹੈ, ਸਾਡੇ 'ਤੇ ਕਿਰਪਾ ਕਰ, ਅਸੀਂ ਵੀ ਤੇਰੀਆਂ ਗੱਲਾਂ ਪੂਰੇ ਧਿਆਨ ਨਾਲ ਸੁਣੀਏ। ਹੇ ਪਰਮੇਸ਼ਰ, ਇਹ ਬੇਟਾ ਇਹ ਬੇਟੀ ਬੜੇ ਹੀ ਮਨ ਅਤੇ ਬੜੇ ਹੀ ਬੋਝ ਨਾਲ ਪ੍ਰਾਰਥਨਾ ਕਰ ਰਹੇ ਹਨ, ਤੂੰ ਇਹਨਾਂ ਦੀ ਪ੍ਰਾਰਥਨਾ ਦਾ ਉੱਤਰ ਦੇ। ਯੇਸੂ ਦੇ ਨਾਂ 'ਚ ਪ੍ਰਾਰਥਨਾ ਕਰਦਾ ਹਾਂ, ਆਮੀਨ ਆਮੀਨ।